ਇਹ ਤਾਂ ਉਹਨਾਂ ਨੇ ਉੱਥੇ ਕੋਈ ਮੇਰੇ ਖਿਆਲ 'ਚ ਇੰਟਰਵਿਊ 'ਚ ਬੋਲਿਆ। ਸੋ ਇੱਥੋਂ ਇਹ ਸਿੱਧ ਹੋ ਜਾਂਦਾ ਜੇ ਵਿਰੋਧ ਵੀ ਹੋ ਰਿਹਾ ਕਿ ਭਾਵੇਂ ਕੋਈ ਜਿੱਡਾ ਮਰਜ਼ੀ ਅਹੁਦਾ ਜਾਂ ਰੁਤਬਾ ਰੱਖਦਾ ਹੋਵੇ, ਪਰ ਪੰਜਾਬੀ ਬੋਲੀ ਪ੍ਰਤੀ ਜੇ ਉਹਦਾ ਕੋਈ ਉਹਦੇ ਮਨ 'ਚ ਕੋਈ ਇਸ ਤਰ੍ਹਾਂ ਦਾ ਹੈਗਾ ਤਾਂ ਉਹ ਪੰਜਾਬੀ ਜਿਹੜੀ ਉਹਨੂੰ ਬਰਦਾਸ਼ਤ ਨਹੀਂ ਕਰਦੇ। ਕਿਸੇ ਵੀ ਹਿਸਟਰੀ ਨਾਲ ਸੰਬੰਧਿਤ, ਇਤਿਹਾਸ ਨਾਲ ਸੰਬੰਧਿਤ ਕੋਈ ਵੀ ਗਾਣਾ ਜਾਂ ਕੋਈ ਵੀ ਇਹੋ ਜਿਹੀ ਕੋਈ ਸਟੇਟਮੈਂਟ ਜਾਂ ਕੋਈ ਛੇੜਛਾੜ ਜਿਹਦੇ ਨਾਲ ਲੱਗੇ ਵੀ ਹਾਂ ਇਹ ਹਿਸਟਰੀ ਦੇ ਨਾਲ ਛੇੜਛਾੜ ਹੋਈ ਹੈ, ਉਹ ਨਹੀਂ ਕਰਨੀ ਚਾਹੀਦੀ। ਖਾਸ ਤੌਰ 'ਤੇ ਪਬਲਿਕ ਡੋਮੇਨ ਦੇ ਵਿੱਚ ਜਿਹੜੇ ਬੰਦੇ ਨੇ ਕਹਿੰਦੇ ਨੇ ਕਿ ਵੀ ਜਿੰਨਾ ਚਿਰ ਪੰਜਾਬੀ ਸੂਬਾ ਇੱਕ ਨੰਬਰ 'ਤੇ ਨਹੀਂ ਆਉਂਦਾ ਉਹਨਾਂ ਚਿਰ ਮੈਂ ਸਿਆਸਤ 'ਚ ਰਹੂੰਗਾ। ਅਤੇ ਮੈਂ ਕੈਪਟਨ ਸਾਹਿਬ ਨੂੰ ਕਹਿਣਾ ਕਿ ਜਿੰਨਾ ਚਿਰ ਤੁਸੀਂ ਸਿਆਸਤ 'ਚ ਰਹੋਗੇ ਉਹਨਾਂ ਚਿਰ ਉਹ ਇੱਕ ਨੰਬਰ 'ਤੇ ਨਹੀਂ ਆਉਂਦਾ। ਸੋ ਇਸ ਕਰਕੇ ਤੁਹਾਨੂੰ ਪਹਿਲਾਂ ਲੋਕ ਲਾਉਣਗੇ। ਸਾਡੀਆਂ ਚਾਰ ਚਾਰ ਪੀੜ੍ਹੀਆਂ ਜਿਹੜੀਆਂ ਨੇ ਉਹ ਖੁਦਕੁਸ਼ੀਆਂ ਕਰ ਰਹੀਆਂ ਨੇ, ਮਰ ਰਹੀਆਂ ਨੇ, ਅਤੇ ਇਹਨਾਂ ਦੀ ਤੀਜੀ ਪੀੜ੍ਹੀ ਰਾਜਨੀਤੀ 'ਚ ਆ ਰਹੀ ਹੈ। ਕੈਪਟਨ ਅਮਰਿੰਦਰ ਸਿੰਘ ਦੀ ਅਤੇ ਸੁਖਬੀਰ ਬਾਦਲ ਹੋਰੀ ਆਪਦੇ ਆਪਦੇ ਦੋਹਤਿਆਂ ਅਤੇ ਆਪਦੇ ਆਪਦੇ ਬੇਟਿਆਂ ਨੂੰ ਰਾਜਨੀਤੀ 'ਚ ਲਿਆ ਰਹੇ ਨੇ। ਸੋ ਇਹਨਾਂ ਦੀਆਂ ਪੀੜ੍ਹੀਆਂ ਪਲ ਰਹੀਆਂ ਨੇ, ਲੋਕਾਂ ਦੀਆਂ ਪੀੜ੍ਹੀਆਂ ਮਰ ਰਹੀਆਂ ਇੱਥੋਂ। ਦੇਖੋ ਪੰਜਾਬੀ ਜਿਹੜੀ ਜ਼ੁਬਾਨ ਹੈ ਇਹ ਬਹੁਤ ਅਮੀਰ ਵਿਰਸੇ ਵਾਲੀ ਜ਼ੁਬਾਨ ਹੈ, ਔਰ ਇਹਨੂੰ ਇਹਦੀ ਕੋਈ ਰਿਪਲੇਸਮੈਂਟ ਨਹੀਂ ਹੈਗੀ ਕਿ ਇਹਦੀ ਥਾਂ 'ਤੇ ਆ ਜਾਂ ਫਲਾਨਾ ਧਿਮਕਾ। ਦੇਖੋ ਪੰਜਾਬੀ ਬੋਲੀ ਜਿਹੜੀ ਹੈ ਉਹ ਪੂਰੀ ਦੁਨੀਆ ਦੇ ਵਿੱਚ ਫੈਲੀ ਹੋਈ ਹੈ। ਸੋ ਇਹ ਨਹੀਂ ਹੋ ਸਕਦਾ ਕਿ ਸਾਨੂੰ ਕੋਈ ਤੁਸੀਂ ਹੋਰ ਸਾਡੇ 'ਤੇ ਭਾਸ਼ਾ ਕੋਈ ਥੱਪ ਦੋਗੇ। ਜੇ ਇੱਦਾਂ ਦੀ ਕੋਈ ਕੋਸ਼ਿਸ਼ ਵੀ ਕੀਤੀ ਗਈ ਸੁਪਨੇ 'ਚ ਵੀ ਤਾਂ ਵੀ ਉਹ ਬਰਦਾਸ਼ਤ ਨਹੀਂ ਹੋਊਗੀ। ਸੋ ਪੰਜਾਬੀ ਜ਼ੁਬਾਨ ਬੱਲੇ ਬੱਲੇ ਚੜ੍ਹਦੀ ਕਲਾ 'ਚ ਹੈ ਔਰ ਰਹੂਗੀ। ਦੇਖੋ ਇਹ ਤਾਂ ਉਹਨਾਂ ਨੇ ਉੱਥੇ ਕੋਈ ਮੇਰੇ ਖਿਆਲ 'ਚ ਇੰਟਰਵਿਊ 'ਚ ਬੋਲਿਆ। ਸੋ ਇੱਥੋਂ ਇਹ ਸਿੱਧ ਹੋ ਜਾਂਦਾ ਜੇ ਵਿਰੋਧ ਵੀ ਹੋ ਰਿਹਾ ਕਿ ਭਾਵੇਂ ਕੋਈ ਜਿੱਡਾ ਮਰਜ਼ੀ ਅਹੁਦਾ ਜਾਂ ਰੁਤਬਾ ਰੱਖਦਾ ਹੋਵੇ, ਪਰ ਪੰਜਾਬੀ ਬੋਲੀ ਪ੍ਰਤੀ ਜੇ ਉਹਦਾ ਕੋਈ ਉਹਦੇ ਮਨ 'ਚ ਕੋਈ ਇਸ ਤਰ੍ਹਾਂ ਦਾ ਹੈਗਾ ਤਾਂ ਉਹ ਪੰਜਾਬੀ ਜਿਹੜੀ ਉਹਨੂੰ ਬਰਦਾਸ਼ਤ ਨਹੀਂ ਕਰਦੇ। ਦੇਖੋ ਕਿਸੇ ਵੀ ਹਿਸਟਰੀ ਨਾਲ ਸੰਬੰਧਿਤ, ਇਤਿਹਾਸ ਨਾਲ ਸੰਬੰਧਿਤ ਕੋਈ ਵੀ ਗਾਣਾ ਜਾਂ ਕੋਈ ਵੀ ਇਹੋ ਜਿਹੀ ਕੋਈ ਸਟੇਟਮੈਂਟ ਜਾਂ ਕੋਈ ਛੇੜਛਾੜ ਜਿਹਦੇ ਨਾਲ ਲੱਗੇ ਵੀ ਹਾਂ ਇਹ ਹਿਸਟਰੀ ਦੇ ਨਾਲ ਛੇੜਛਾੜ ਹੋਈ ਹੈ, ਉਹ ਨਹੀਂ ਕਰਨੀ ਚਾਹੀਦੀ। ਖਾਸ ਤੌਰ 'ਤੇ ਪਬਲਿਕ ਡੋਮੇਨ ਦੇ ਵਿੱਚ ਜਿਹੜੇ ਬੰਦੇ ਨੇ, ਬੀਜੇਪੀ ਇਹੀ ਕਰ ਰਹੀ ਹੈ, ਬੀਜੇਪੀ ਹਿਸਟਰੀ ਨੂੰ ਛੇੜਛਾੜ ਕਰ ਰਹੀ ਹੈ। ਉਹ ਕਦੇ ਆਪਣਾ ਸਰਾਏਨਾਗਾ ਆਪਣਾ ਜਿਹੜਾ ਮੁਗਲ ਸਰਾਏ ਸਟੇਸ਼ਨ ਦਾ ਨਾਮ ਬਦਲਤਾ ਹੈ ਜੀ, ਇਲਾਹਾਬਾਦ ਦਾ ਨਾਮ ਬਦਲਤਾ, ਪ੍ਰਾਗਿਆ ਰਾਜ ਰੱਖਤਾ। ਇਹ ਨਾਮ ਬਦਲਣਾ ਜਾਂ ਹਿਸਟਰੀ ਨਾਲ ਛੇੜਛਾੜ ਕਰਨ ਨਾਲ ਕੁਝ ਨਹੀਂ ਹੋਣਾ। ਜੋ ਲੋਕ ਚਾਹੁੰਦੇ ਨੇ ਰੋਟੀ ਦਿਓ, ਲੋਕ ਚਾਹੁੰਦੇ ਨੇ ਸਾਡੇ ਬੱਚਿਆਂ ਨੂੰ ਰੋਜ਼ਗਾਰ ਮਿਲੇ, ਲੋਕ ਚਾਹੁੰਦੇ ਆ ਕਿ ਦਲਿਤਾਂ ਗਰੀਬਾਂ ਨੂੰ ਬਰਾਬਰ ਦੀ ਪੜ੍ਹਾਈ ਮਿਲੇ ਤਾਂ ਕਿ ਉਹ ਉਹਨਾਂ ਦੇ ਬੱਚੇ ਜਿਹੜੇ ਅਫਸਰ ਬਣ ਕੇ ਉਹ ਆਪਣਾ ਜੀਵਨ ਪੱਧਰ ਉੱਚਾ ਚੱਕ ਸਕਣ, ਜਿਹੜੇ ਸਦੀਆਂ ਤੋਂ ਦਬੇ ਕੁਚਲੇ ਲੋਕ ਨੇ। ਸੋ ਪਰ ਬੀਜੇਪੀ ਨਫ਼ਰਤ ਦੀ ਰਾਜਨੀਤੀ ਕਰ ਰਹੀ ਹੈ, ਅਤੇ ਇਹ ਨਫ਼ਰਤ ਦੀ ਰਾਜਨੀਤੀ ਲੋਕਤੰਤਰ ਲਈ ਵੀ ਔਰ ਸਾਡੇ ਕੰਟਰੀ ਦੇ ਫੈਡਰਲ ਸਿਸਟਮ ਲਈ ਵੀ ਇਹ ਖਤਰਨਾਕ ਹੈ। ਹਾਂਜੀ ਨਹੀਂ, ਕੈਪਟਨ ਸਾਹਿਬ ਕਹਿੰਦੇ ਨੇ ਕਿ ਵੀ ਜਿੰਨਾ ਚਿਰ ਪੰਜਾਬੀ ਸੂਬਾ ਇੱਕ ਨੰਬਰ 'ਤੇ ਨਹੀਂ ਆਉਂਦਾ ਉਹਨਾਂ ਚਿਰ ਮੈਂ ਸਿਆਸਤ 'ਚ ਰਹੂੰਗਾ। ਅਤੇ ਮੈਂ ਕੈਪਟਨ ਸਾਹਿਬ ਨੂੰ ਕਹਿਣਾ ਕਿ ਜਿੰਨਾ ਚਿਰ ਤੁਸੀਂ ਸਿਆਸਤ 'ਚ ਰਹੋਗੇ ਉਹਨਾਂ ਚਿਰ ਉਹ ਇੱਕ ਨੰਬਰ 'ਤੇ ਨਹੀਂ ਆਉਂਦਾ। ਸੋ ਇਸ ਕਰਕੇ ਤੁਹਾਨੂੰ ਪਹਿਲਾਂ ਲੋਕ ਲਾਉਣਗੇ, ਅਸੀਂ ਵੀ ਨਹੀਂ ਕੋਈ, ਸਾਡੀ ਵੀ ਕੋਈ ਔਕਾਤ ਨਹੀਂ। ਲੋਕ ਤੁਹਾਨੂੰ ਪਹਿਲਾਂ ਸਿਆਸਤ 'ਚੋਂ ਉਲਾਂਭੇ ਕਰਨਗੇ ਜਿਵੇਂ ਬਾਦਲ ਕਿਆਂ ਨੂੰ ਕੀਤਾ ਪਹਿਲਾਂ, ਫਿਰ ਉਹ ਤੋਂ ਬਾਅਦ ਪੰਜਾਬੀ ਸੂਬੇ ਦੇ ਇੱਕ ਨੰਬਰ ਬਣਨ ਦੀ ਜਿਹੜੀ ਦੌੜ ਹੈ ਉਹ ਸ਼ੁਰੂ ਹੋਊਗੀ। ਮੈਂ ਤਾਂ ਬਹੁਤ ਵਾਰੀ ਉਠਾਇਆ ਔਰ ਦੁੱਖ ਦੀ ਗੱਲ ਇਹ ਹੈ ਕਿ ਸਰਕਾਰਾਂ ਸਿਰਫ ਕਾਗਜ਼ਾਂ ਦੇ ਵਿੱਚ ਕੰਮ ਕਰਦੀਆਂ ਨੇ। ਮੇਰੇ ਆਪਣੇ ਹਲਕੇ 'ਚ ਚੌਥੀ ਪੀੜ੍ਹੀ ਨੇ ਖੁਦਕੁਸ਼ੀ ਕਰ ਲਈ, ਇੱਕ ਪਰਿਵਾਰ 'ਚ ਪੰਜਵਾਂ ਉਹ ਮੁੰਡਾ ਸੀਗਾ ਜਿਹੜੇ ਭੋਤਨਾ ਪਿੰਡ ਦੇ ਨੇ ਸੁਇਸਾਈਡ ਕੀਤਾ। ਸੋ ਇੱਥੋਂ ਪੋਲ ਖੁੱਲ੍ਹ ਜਾਂਦੀ ਹੈ ਇਹਨਾਂ ਦੀ ਕਿ ਕਿਹਦਾ ਮਾਫ਼ ਕੀਤਾ। ਸਾਡੀਆਂ ਚਾਰ ਚਾਰ ਪੀੜ੍ਹੀਆਂ ਜਿਹੜੀਆਂ ਨੇ ਉਹ ਖੁਦਕੁਸ਼ੀਆਂ ਕਰ ਰਹੀਆਂ ਨੇ, ਮਰ ਰਹੀਆਂ ਨੇ, ਅਤੇ ਇਹਨਾਂ ਦੀ ਤੀਜੀ ਪੀੜ੍ਹੀ ਰਾਜਨੀਤੀ 'ਚ ਆ ਰਹੀ ਹੈ। ਕੈਪਟਨ ਅਮਰਿੰਦਰ ਸਿੰਘ ਦੀ ਅਤੇ ਸੁਖਬੀਰ ਬਾਦਲ ਹੋਰੀ ਆਪਦੇ ਆਪਦੇ ਦੋਹਤਿਆਂ ਅਤੇ ਆਪਦੇ ਆਪਦੇ ਬੇਟਿਆਂ ਨੂੰ ਰਾਜਨੀਤੀ 'ਚ ਲਿਆ ਰਹੇ ਨੇ। ਸੋ ਇਹਨਾਂ ਦੀਆਂ ਪੀੜ੍ਹੀਆਂ ਪਲ ਰਹੀਆਂ ਨੇ, ਲੋਕਾਂ ਦੀਆਂ ਪੀੜ੍ਹੀਆਂ ਮਰ ਰਹੀਆਂ। ਇੱਥੇ ਪਤਾ ਲੱਗਦਾ ਕਿ ਇਹਨਾਂ ਨੇ ਹੁਣ ਤੱਕ ਕੀਤਾ ਕੀ ਹੈ, ਪੰਜਾਬ ਨਾਲ ਧੋਖਾ ਹੀ ਕੀਤਾ, ਲੁੱਟਿਆ ਪੰਜਾਬ ਨੂੰ। ਇੱਕ ਨਾ ਜੀ ਪਰਾਲੀ ਦਾ ਬਹੁਤ ਮੁੱਦਾ ਹੈ। ਹਾਂਜੀ, ਪੰਜਾਬ ਸਰਕਾਰ ਹੈ ਜੀ ਵੀ ਅਸੀਂ ਜੋ ਵੀ ਸੰਦ ਹੈ ਸਬਸਿਡੀ 'ਤੇ ਦੇ ਰਹੇ ਹਾਂ, ਉਹੀ ਜਿਹੜਾ ਸੰਦ ਹੈ ਉਹ ਬਾਜ਼ਾਰ 'ਚ ਜੇ ਪੰਜਾਬ ਸਰਕਾਰ 1.25 ਲੱਖ ਦੀ ਦੇ ਰਹੀ ਹੈ ਤਾਂ ਬਾਜ਼ਾਰ 'ਚ ਉਹ 60,000 ਦਾ ਹੈ। ਇਹਦੇ ਬਾਰੇ ਤੁਸੀਂ ਮਤਲਬ ਕੋਈ ਤਾਂ ਘਰ ਛੱਡ ਦਿਓ ਯਾਰ, ਵੀ ਲੁੱਟਣ ਕਨੀ ਹੋ। ਮਤਲਬ ਜੇ ਸਬਸਿਡੀ ਹੈ ਤਾਂ 1.25 ਲੱਖ ਦਾ, ਫਿਰ ਉੱਥੇ ਆ ਗਿਆ। ਜੇ ਨਹੀਂ ਸਬਸਿਡੀ ਤਾਂ ਵੈਸੇ 60,000 ਦਾ ਮਿਲਦਾ।
ये गल आम लोगों को पता है, तुम इतने अकालगढ़ खड़े हो, बच्चे बच्चे पूछ लो आम लोगों को पता, कैप्टन सरकार क्यों नहीं पता, ज एंटी करप्शन ब्यूरो क्यों नहीं पता है। सो सारा कुछ ये आप करवाते हैं अखा के सामने, कागजा कुछ हो रहा है तो धरती पर कुछ हो रहा है, लोगों बारी खजाना खाली है, आपदे जो विधायकों कैबिनेट रैंक रख के सलाहकार रखना उदों खजाने पैसे आ जाते हैं, लोगों लिए खजाना खाली है, आप जो हैलीकॉप्टर लेने ने ज कैमरिया लेनिया ने एम एल ए वास्ते उदों पैसे कितों आ जाते हैं। सो यह राजा वंडे रेवड़िया मुड़ मुड़ करद दे गल है, नहीं अगले दिन नहीं अज ही लग्या होया बयान, तो अज ही वो घंटे बाद कह रहे हैं, असल जी जी उन्होंने दिल च सच्चाई है वो बाहर निकलिया ही, ठीक है ना, और एडा वा अखबार जो एडा वा टाइटल झूठा नहीं दे सकता मुख्यमंत्री का। सो क्लीन चिट तो बहुत देर की दी हुई है उन्होंने, जे क्लीन चिट ना दी होंगी हूँ तक जांच कंप्लीट हो जाती तो जेल च होने से। सो कैप्टन साहब की किवें हिम्मत पै गई कि वो एक पास तो जांच चल रही है तो दूजे पास वो क्लीन चिट दे रहे हैं, बिल्कुल सेम क्लीन चिटा जिहड़े बादल आपदे अकाली दल दे लीडर दिंदा रहा 10 साल, हुण इह क्लीन चिटा दा उही सेम कमीज़ इन्हें पा लिया कैप्टन ने, यह क्लीन चिटा दे जांदा। सो इत्थों ही सिद्ध हुंदा रले हुए ने दोने, हाँ सज़ा मिलेगी गुरु ग्रंथ साहब जी की जी बेअदबी है वो सज़ा जरूर मिलेगी, सज़ा गुरु ही देगा आप ही। सो एक पासे तो यह कहिंदे सीगे भी सुखबीर बादल दे विरुद्ध बोलिया ये नाम लिया कुमर विजय प्रताप ने, उन्होंने एस आई टी चो कढ़ाता सी इलेक्शन कमीशन के थ्रू, तो दूजे पासे हुण जदों कैप्टन बोल रहा तो जांच चल रही, हुण भी तो जांच प्रभावित हो रही है ना। सो इत्थों ही सिद्ध हुंदा है कि जिहड़ी गल असीं कहिंदे सी वार वार स्टेजां ते जाके पार्लीमेंट च भी पार्लीमेंट के अंदर भी विधानसभा च भी विधानसभा ते बार बार भी कि यह दोनों रले हुए हैं, हुण तां इस गल ते मोहर लाती इन्होंने कि यह दोनों मिले हुए ने, बादल साहब कैप्टन साहब के जाते जाते केस वापस ले गए सारे, हुण ये उन्होंने इनाम दे जाते हैं। फ्री सेवा फ्री समाधान, विदेश च बैठे क्यों हो परेशान, तंत्र मंत्र काली शक्ति अते काले इलम दे बेताज बादशाह सरदार तरमिंदर जीत सिंह जी, मेरा किता होया चलेगा सत समुंदर पार, कोई अजेहा ताला नहीं जो खुले ना, हर काम हुंदा है करण वाला चाहिदा, हर समस्या दा समाधान 100% गारंटी नाल, अष्टाम पेपर ते लिख के लवो, स्पेशलिस्ट वशीकरण करना जा तोड़वाना, लव मैरिज लॉटरी नंबर पीआर प्रॉब्लम सौतन जा दुश्मन तो छुटकारा, कर्जा मुक्ति सास नू पति पत्नी विच अनबन, मन चाहा प्यार बच्चे कहने तो बार, घर विच कलेश तुहाडा कोई भैण भरा पति पत्नी प्रेमी प्रेमिका किसी दे वस विच है, उस नू बाहर कढ़न लई तुरंत संपर्क करो सरदार तरमिंदरजीत सिंह जी नाल 9878489026।